ਸਤਿ ਸ਼੍ਰੀ ਅਕਾਲ ਜੀ, ਵੋਇਸ ਆਫ ਪੰਜਾਬ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਵੱਡੀ ਖਬਰ ਪਠਾਨਕੋਟ ਤੋਂ ਆ, ਜਿੱਥੇ ਆਰਮੀ ਕੈਂਪ ਤੇ ਹਮਲਾ ਹੋਇਆ ਹੈ। ਗ੍ਰਨੇਡ ਨਾਲ ਆਰਮੀ ਕੈਂਪ ਤੇ ਹਮਲਾ ਕੀਤਾ ਗਿਆ ਹੈ। ਪੰਜਾਬ ਦੇ ਸਰਹੱਦੀ ਇਲਾਕੇ ਪਠਾਨਕੋਟ ਵਿੱਚ ਆਰਮੀ ਕੈਂਪ ਦੇ ਗੇਟ ਉੱਤੇ ਗ੍ਰਨੇਡ ਹਮਲਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰਾਂ ਨੇ ਆਰਮੀ ਕੈਂਪ ਦੇ ਤਰਵੈਣੀ ਗੇਟ ਉੱਤੇ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਹੈ। ਇਸ ਘਟਨਾ ਤੋਂ ਬਾਅਦ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਨੇ ਅਤੇ ਪਠਾਨਕੋਟ ਦੇ ਸਾਰੇ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। CCTV ਫੁਟੇਜ ਖੰਗਾਲੀਆਂ ਜਾ ਰਹੀਆਂ ਨੇ ਅਤੇ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਪਠਾਨਕੋਟ ਦੇ SSP ਸੁਰਿੰਦਰ ਲਾਂਬਾ ਨੇ ਕਿਹਾ ਕਿ ਘਟਨਾ ਤੋਂ ਪਤਾ ਲੱਗਦਾ ਹੈ ਕਿ ਇਹ ਗ੍ਰਨੇਡ ਬਲਾਸਟ ਹੋਇਆ। ਉੱਥੇ ਇੱਕ ਮੋਟਰਸਾਈਕਲ ਗੁਜ਼ਰਿਆ ਸੀ ਜਿਸ ਸਮੇਂ ਇਹ ਧਮਾਕਾ ਹੋਇਆ। ਸਾਨੂੰ ਚੰਗੀ CCTV ਫੁਟੇਜ ਮਿਲਣ ਦੀ ਉਮੀਦ ਹੈ। ਪੰਜਾਬ ਦੇ ਸਰਹੱਦੀ ਇਲਾਕੇ ਪਠਾਨਕੋਟ ਦੇ ਆਰਮੀ ਕੈਂਪ ਉੱਤੇ ਹਮਲਾ ਹੋਇਆ ਹੈ। ਗ੍ਰਨੇਡ ਹਮਲਾ ਆਰਮੀ ਕੈਂਪ ਦੇ ਤਰਵੈਣੀ ਗੇਟ ਉੱਤੇ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰਾਂ ਨੇ ਆਰਮੀ ਕੈਂਪ ਦੇ ਤਰਵੈਣੀ ਗੇਟ ਉੱਤੇ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਹੈ। ਹਾਲਾਂਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਇਸ ਘਟਨਾ ਤੋਂ ਬਾਅਦ ਜਾਂਚ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਅਤੇ ਪਠਾਨਕੋਟ ਦੇ ਸਾਰੇ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਨਾਕਿਆਂ 'ਤੇ ਸਖ਼ਤੀ ਵਧਾ ਦਿੱਤੀ ਗਈ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਨਾਲ ਹੀ ਇਹ ਵੀ ਸਰਚ ਕੀਤਾ ਜਾ ਰਿਹਾ ਹੈ ਕਿ ਕਿਤੇ ਕੋਈ ਲਾਵਾਰਿਸ ਮੋਟਰਸਾਈਕਲ ਤਾਂ ਨਹੀਂ ਖੜ੍ਹਾ। CCTV ਰਾਹੀਂ ਵੀ ਹਮਲਾਵਾਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਪਠਾਨਕੋਟ ਦੇ SSP ਸੁਰਿੰਦਰ ਲਾਂਬਾ ਨੇ ਕਿਹਾ ਕਿ ਘਟਨਾ ਤੋਂ ਪਤਾ ਲੱਗਦਾ ਹੈ ਕਿ ਇਹ ਗ੍ਰਨੇਡ ਬਲਾਸਟ ਹੋਇਆ ਹੈ। ਉੱਥੋਂ ਇੱਕ ਮੋਟਰਸਾਈਕਲ ਗੁਜ਼ਰਿਆ ਸੀ, ਉਸੀ ਸਮੇਂ ਇਹ ਧਮਾਕਾ ਹੋਇਆ। ਸਾਨੂੰ CCTV ਫੁਟੇਜ ਮਿਲਣ ਦੀ ਉਮੀਦ ਹੈ। ਕੀ ਕਿਹਾ ਪੂਰੇ ਮਾਮਲੇ ਬਾਰੇ ਜਾਂਚ ਅਧਿਕਾਰੀਆਂ ਨੇ, ਆਓ ਦੇਖਦੇ ਹਾਂ। ਇੱਕ ਗ੍ਰਨੇਡ ਬਲਾਸਟ ਹੋਇਆ ਹੈ ਔਰ ਉਸਕੋ ਹਮ ਆਗੇ ਫਰਦਰ ਇਨਵੈਸਟੀਗੇਟ ਕਰ ਰਹੇ ਹੈ। ਇੱਕ ਬਾਈਕ ਗੁਜ਼ਰੀ ਹੈ ਔਰ ਉਸੀ ਕੇ ਸਾਥ ਮੇਂ ਉਸ ਮੌਕੇ ਤੇ ਬਲਾਸਟ ਹੋਇਆ ਹੈ। ਤੋ ਹਮ ਇਹ ਅਸਿਊਮ ਕਰ ਰਹੇ ਹੈ ਕਿ ਬਾਈਕ ਰਾਈਡਰ ਨੇ ਜੋ ਇਸਕੋ ਥਰੋ ਕੀਆ ਤੇ ਇੱਕ ਗ੍ਰਨੇਡ ਬਲਾਸਟ ਹੋਇਆ ਹੈ ਔਰ ਉਸਕੋ ਹਮ ਆਗੇ ਫਰਦਰ ਇਨਵੈਸਟੀਗੇਟ ਕਰ ਰਹੇ ਹੈ। ਇੱਕ ਬਾਈਕ ਗੁਜ਼ਰੀ ਹੈ ਔਰ ਉਸੀ ਕੇ ਸਾਥ ਮੇਂ ਉਸ ਮੌਕੇ ਤੇ ਬਲਾਸਟ ਹੋਇਆ ਹੈ। ਤੋ ਹਮ ਇਹ ਅਸਿਊਮ ਕਰ ਰਹੇ ਹੈ ਕਿ ਬਾਈਕ ਰਾਈਡਰ ਨੇ ਜੋ ਇਸਕੋ ਥਰੋ ਕੀਆ ਤੇ ਇੱਕ ਗ੍ਰਨੇਡ ਬਲਾਸਟ ਹੋਇਆ ਹੈ ਔਰ ਉਸਕੋ ਹਮ ਆਗੇ ਫਰਦਰ ਇਨਵੈਸਟੀਗੇਟ ਕਰ ਰਹੇ ਹੈ। ਇੱਕ ਬਾਈਕ ਗੁਜ਼ਰੀ ਹੈ ਔਰ ਉਸੀ ਕੇ ਸਾਥ ਮੇਂ ਉਸ ਮੌਕੇ ਤੇ ਬਲਾਸਟ ਹੋਇਆ ਹੈ। ਤੋ ਹਮ ਇਹ ਅਸਿਊਮ ਕਰ ਰਹੇ ਹੈ ਕਿ ਬਾਈਕ ਰਾਈਡਰ ਨੇ ਜੋ ਇਸਕੋ ਥਰੋ ਕੀਆ ਤੇ ਇੱਕ ਗ੍ਰਨੇਡ ਬਲਾਸਟ ਹੋਇਆ ਹੈ ਔਰ ਉਸਕੋ ਹਮ ਆਗੇ ਫਰਦਰ ਇਨਵੈਸਟੀਗੇਟ ਕਰ ਰਹੇ ਹੈ। ਇੱਕ ਬਾਈਕ ਗੁਜ਼ਰੀ ਹੈ ਔਰ ਉਸੀ ਕੇ ਸਾਥ ਮੇਂ ਉਸ ਮੌਕੇ ਤੇ ਬਲਾਸਟ ਹੋਇਆ ਹੈ। ਤੋ ਹਮ ਇਹ ਅਸਿਊਮ ਕਰ ਰਹੇ ਹੈ ਕਿ ਬਾਈਕ ਰਾਈਡਰ ਨੇ ਜੋ ਇਸਕੋ ਥਰੋ ਕੀਆ। ਪੰਜਾਬ ਦੇ ਸਰਹੱਦੀ ਇਲਾਕੇ ਪਠਾਨਕੋਟ ਵਿੱਚ ਆਰਮੀ ਕੈਂਪ ਦੇ ਗੇਟ ਉੱਤੇ ਗ੍ਰਨੇਡ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰਾਂ ਨੇ ਆਰਮੀ ਕੈਂਪ ਦੇ ਤਰਵੈਣੀ ਗੇਟ ਉੱਤੇ ਗ੍ਰਨੇਡ ਸੁੱਟਿਆ, ਜਿਸ ਤੋਂ ਬਾਅਦ ਉੱਥੇ ਧਮਾਕਾ ਹੋ ਗਿਆ। ਇਸ ਘਟਨਾ ਦੇ ਬਾਅਦ ਜਾਂਚ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਅਤੇ ਪਠਾਨਕੋਟ ਪੁਲਿਸ ਵੱਲੋਂ CCTV ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਨਾਲ ਹੀ ਨਾਕਿਆਂ ਉੱਤੇ ਸਖ਼ਤੀ ਆ ਜਿਹੜੀ ਉਹ ਵਧਾ ਦਿੱਤੀ ਗਈ ਹੈ। ਪਠਾਨਕੋਟ ਭਾਰਤ ਦੇ ਮਹੱਤਵਪੂਰਨ ਟਿਕਾਣਿਆਂ ਵਿੱਚੋਂ ਇੱਕ ਹੈ। ਇੱਥੇ ਇੱਕ ਵਾਯੂ ਸੈਨਾ ਸਟੇਸ਼ਨ ਅਤੇ ਗੋਲਾ ਬਾਰੂਦ ਡਿਪੂ ਹੈ ਅਤੇ ਦੋ ਬਖਤਰਬੰਦ ਬ੍ਰਿਗੇਡ ਅਤੇ ਬਖਤਰਬੰਦ ਇਕਾਈਆਂ ਨੇ। ਜ਼ਿਕਰਯੋਗ ਹੈ ਕਿ 2016 ਵਿੱਚ ਵੀ ਪਠਾਨਕੋਟ ਦੇ ਵਾਯੂ ਸੈਨਾ ਸਟੇਸ਼ਨ 'ਤੇ ਅੱਤਵਾਦੀ ਹਮਲਾ ਹੋਇਆ ਸੀ। ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਇੱਥੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 5 ਅੱਤਵਾਦੀ ਮਾਰੇ ਗਏ ਸੀ, ਜਦਕਿ 8 ਦੇ ਕਰੀਬ ਫੌਜੀ ਜਵਾਨ ਵੀ ਸ਼ਹੀਦ ਹੋ ਗਏ ਸੀ। ਸੁਰੱਖਿਆ ਪੱਖ ਤੋਂ ਪਠਾਨਕੋਟ ਦਾ ਸਥਾਨ ਬਹੁਤ ਅਹਿਮ ਹੈ। ਪਠਾਨਕੋਟ ਵਿੱਚ ਗ੍ਰਨੇਡ ਹਮਲਾ ਹੋਇਆ ਹੈ। ਪਠਾਨਕੋਟ ਦੇ ਆਰਮੀ ਕੈਂਪ ਉੱਤੇ 2 ਮੋਟਰਸਾਈਕਲ ਸਵਾਰਾਂ ਵੱਲੋਂ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਗਿਆ ਹੈ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਮਾਰੇ ਜਾਣ ਦੀ ਜਾਂ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਿਸ ਵੱਲੋਂ CCTV ਫੁਟੇਜ ਖੰਗਾਲ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਨਾਕਿਆਂ ਉੱਤੇ ਸਖ਼ਤੀ ਵਧਾ ਦਿੱਤੀ ਗਈ ਹੈ ਅਤੇ ਪੂਰੇ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਦੋਸ਼ੀ ਨੇ ਜਿਹੜੇ ਪੁਲਿਸ ਦੀ ਗ੍ਰਿਫਤ ਵਿੱਚ ਆਉਂਦੇ ਨੇ। ਕੀ ਕਹੋਗੇ ਪਠਾਨਕੋਟ ਵਿੱਚ ਹੋਏ ਇਸ ਧਮਾਕੇ ਬਾਰੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਲਈ ਬਣੇ ਰਹੋ ਵੋਇਸ ਆਫ ਪੰਜਾਬ TV ਦੇ ਨਾਲ।